ਘਰੋਂ ਆਣ ਕੇ ਦੋ ਐਸ ਇੱਕ ਐਸ ਆਈ ਆਇਆ ਇੱਕ ਪੁਲਿਸ ਵਾਲਾ ਆਇਆ ਸਾਧਕ ਆਣ ਕੇ ਜ਼ਬਰਦਸਤੀ ਸਾਡੇ ਘਰੋਂ ਬੱਚੇ ਖਿੱਚ ਕੇ ਲੈ ਗਿਆ ਮੈਂ ਅੰਦਰੀ ਵੀ ਪਤਾ ਨਹੀਂ ਲੱਗਾ ਜ਼ਬਰਦਸਤੀ ਖਿੱਚ ਕੇ ਲੈ ਗਿਆ ਇੰਨਾ ਮਾਰਿਆ ਬੱਚੇ ਵੀ ਮੇਰੇ ਘਰ ਵਾਲਾ ਬਾਰਡਰ ਉੱਤੇ ਨਾਤ ਹੈ ਕਿੰਨੀ ਕੁ ਵਰਦੀ ਮਿਲੀ ਕਿਸ ਪਲੇਸਰ ਮਿਲੀ ਹੈ ਬੱਚੇ ਫਾਇਦ ਕਰਨ ਵਾਸਤੇ ਮਿਲੀ ਇੰਨਾ ਮਲਕ ਬੱਚਾ ਸਾਡਾ 16 ਸਾਲ ਦਾ ਬੱਚਾ ਹੈ ਆਪਣੇ ਘਰ ਬੈਠਣਾ ਗੁਨਾਹ ਹੈ ਇਹ ਗੱਲ ਦੱਸਣ ਕਿ ਗੁਨਾਹ ਹੈ ਕਿ ਅਸੀਂ ਤੁਰੰਤ ਅਸੀਂ ਆਖਣਾ ਕਿ ਸਾਡੇ ਇਹਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੈ ਦੋ ਜਿਹੜੇ ਪੁਲਿਸ ਵਾਲੇ ਨੇ ਸਸਪੈਂਡ ਕੀਤਾ ਜਾ ਉਹ ਜਿਹੜੇ ਅਮਰਚੰਦ ਤਨੀ ਦੇਵੀ ਅਸ਼ੋਕ ਕੁਮਾਰ ਨੀਤਾ ਦੇਵੀ ਗੁਲਸ਼ਨ ਕੁਮਾਰ ਇਹਦੇ ਪਰ ਤੁਰੰਤ ਐਕਸ਼ਨ ਕੀਤਾ ਜਾ ਕਿ ਸਾਡੇ ਬੱਚੇ ਡਰਾਉਂਦੇ ਧਮਕਾਂ ਦਿਨ ਮਾਰਨੇ ਜਾਨ ਤੋਂ ਮਾਰਨੇ ਧਮਕੀ ਦਿੰਦੇ ਨੇ ਕੱਲ੍ਹ ਤੋਂ ਕੋਈ ਵੀ ਐਬੀ ਨੈਬੀ ਹੋਇਆ ਸਾਡੇ ਬੱਚੇ ਜਵਾਬਦਾਰ ਚੁੱਕਣ ਕਿ ਦੋਵੇਂ ਪੁਲਿਸ ਵਾਲੇ ਸਸਪੈਂਡ ਹੋਣੇ ਚਾਹੀਦੇ ਅਸੀਂ ਕੰਪਲੇਨ ਕੀਤੀ ਹੈ ਇਹ 12 ਤਰੀਕ ਪੰਜਵੇਂ ਮਹੀਨੇ ਕੀਤੀ ਪਹਿਲਾਂ ਦਮਾਣਾ ਇਹਨੇ ਆਖਿਆ ਕਿ ਗਲਤ ਕਰਾ ਦੇ ਠੀਕ ਹੈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨੇ ਉਹ ਲੈਣੇ ਆਖਿਆ ਕਿ ਗਲਤ ਕਰਾ ਦੇ ਨੇ ਅਮਰਚੰਦ ਲੇਕਿਨ ਬਾਅਦ 'ਚ ਫਿਰ ਇਹਦੇ ਕਹਿੰਦਾ ਮਿਲ ਗਏ ਪੈਸੇ ਦੇਗਾ ਕੱਲ੍ਹ 10,000 ਰੁਪਇਆ ਬੱਚੇ ਨੂੰ ਸਾਦਕ ਹੋ ਗਿਆ ਲੈ ਗਿਆ ਜ਼ਬਰਦਸਤੀ ਕਰ ਗਿਆ ਇਹ ਦਿੱਤੀ ਹੈ ਬਾਰਾਂ ਤਰੀਕ ਪੰਜਵੇਂ ਮਹੀਨੇ ਦੀ ਫਿਰ ਇਹ ਦਿੱਤੀ ਹੈ 24 ਤਰੀਕ ਦਮਾਣਾ ਫਿਰ ਦਿੱਤੀ ਹੈ ਉਹਨੇ ਆਖਿਆ ਕਿ ਤੁਸੀਂ ਜਿਹੜਾ ਥਾਣਾ ਇੱਧਰ ਚਨੌਰ ਥਾਣਾ ਹੈ ਤੁਸੀਂ ਉੱਥੇ ਦਿਓ ਤੁਹਾਡਾ ਏਰੀਆ ਉਹ ਆ ਗਿਆ ਉਸ ਏਰੀਏ ਦਿੱਤੀ ਹੈ ਉਹ ਦੋ ਪੁਲਿਸ ਵਾਲੇ ਆਏ ਨਾ ਉਹਨੇ ਆਖਿਆ ਕਿ ਤੁਸੀਂ ਕੰਮ ਬੰਦ ਕਰੋ ਇਹ ਸਟੇ ਲੱਗਾ ਤੁਹਾਡੀ ਜਗ੍ਹਾ ਦਾ ਇਹ 'ਚ ਕੋਈ ਕਾਰਵਾਈ ਨਹੀਂ ਚਾਹੀਦੀ ਹੈ ਠੀਕ ਹੈ ਫਿਰ ਇਹਨੇ ਦੁਬਾਰਾ ਥਾਣਾ ਗਏ ਦਮਾਣਾ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਦੁਬਾਰਾ ਕੀਤੀ ਹੈ ਦਮਾਣਾ ਇਹ ਦਮਾਣੇ ਵਾਲੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਦੀ ਇਨਸਾਫ ਮਿਲੇ ਇੱਕ ਫੌਜੀ ਬੰਦਾ ਬਾਹਰ ਬੈਠਾ ਹੈ ਉਹਦੇ ਬੱਚੇ ਕੀ ਡਿਸਟਰਬ ਕਰਦੇ ਨੇ ਬੱਚੇ ਕੀ ਮਾਰਿਆ ਕਾਲੇ ਨੇ ਬੱਚਾ ਹਸਪਿੰਡਲ ਪੇਦਾ ਅਗਰ ਪਿੰਚ ਸਾਹਿਬ ਔਰ ਪਿੰਡਾਂ ਦੇ ਲੋਕ ਨਹੀਂ ਛੜਕਾਉਂਦੇ ਹਨ ਬੱਚੇ ਤਾਂ ਜਾਨ ਤੋਂ ਮਾਰ ਗਏ ਸਾਡੇ ਬੱਚੇ ਇਨਸਾਫ ਮਿਲਣਾ ਚਾਹੀਦਾ ਅਸੀਂ ਇਨਸਾਫ ਚਾਹੁੰਦੇ ਹਾਂ ਇਹਨੇ ਦੋਵੇਂ ਪਿਛਲੇ 30 ਸਾਲ ਸਸਪੈਂਡ ਹੋਣਾ ਚਾਹੀਦਾ ਹੈ ਬਿਨਾਂ ਵੋਟਾਂ ਸੇ ਲੋਕਾਂ ਨੇ ਮੇਰੇ ਤੋਂ ਬਿਨਾਂ ਵੋਟਾਂ ਸੇ ਪੰਚ ਬਣਾਇਆ ਤਾਂ ਅਗਲੀ ਵਾਰ ਇਲੈਕਸ਼ਨ ਹੋਈ ਤਾਂ ਲੇਡੀ ਸੀਟ ਤੀ ਉਸ ਸਮੇਂ ਮੇਰੀ ਮੈਡਮ ਬਣੀ ਪੰਚ ਠੀਕ ਹੈ ਜੋ ਕੱਲ੍ਹ ਦਾ ਮਸਲਾ ਹੈ ਕੱਲ੍ਹ ਮੈਂ ਆਪਣੇ ਘਰ ਮੇ ਥਾ ਰੋਡ ਪੇ ਜ਼ਰੂਰੀ ਹੈ ਕਿ ਲੜਕਾ ਜ਼ੋਰ ਜ਼ੋਰ ਸੇ ਚਲਾ ਰਹਾ ਥਾ ਜੋ ਅੰਕਿਤ ਅਭੀ ਹਾਸਪਿਟਲ ਮੈਂ ਐਡਮਿਟ ਹੈ तो मैं उधर गया मौके पे तो पुलिस वाले दो उसको एक साधक और एक एएसआई उसका नाम नहीं पता उसको एक पाँव से लगाए मारने और दूसरा हाथ से जब मैंने कहा उसको पूछा मैं क्या कर रहे हो जैन साहब अरे जैन मैं क्यों बच्चे को मार रहे हो उनका माँ बाप नहीं है मर गया क्या अगर बच्चे का तुम लोग इसको मार के मर जाएगा तुम लोग भाग जाओगे जब इसको सिफल गाड़ी में डाल के गुमराह करोगे जब ले जाओगे कितना कर रहे हो क्या तो फिर उसने वो उधर आए और लोग इकट्ठे हो गए ये मेरे साथ था वो साधक ने 3-4 बार ऐसे ऐसे किया ऐसे ऐसे किया मैं भाई मेरे को हाथ मत लगा मेरे को हाथ मत लगा पीछे हो तो मेरे को क्या मतलब मुँह से बात कर मेरे से और उसने जाके ऐसे चक्को गुमराह किया गलत रिपोर्ट दी ऐसे पंच मेरे हाथ में पड़ा है बोलता उसकी मैडम पंच है अरे मैडम गंदी गाल है तू तेरा पंच मैडम आएगी तेरे पास तो गंदी गाले लगा रहा है इतनी इतनी पूरे गाँव में तो गुंडा पुलिस का ऐसी ऐसी गाले तो मैं तो उधर नहीं निकालते हैं थाने में जो गाले गाँव में मेरे नकारा खड़ा होके एक ऐसा ये गुंडे बन गए फिर बोलते हैं वह क्या मेरे को बोलता है गुंडा है तो बदमाश है क्या तुम 10 नंबरी फोटो लगाओ मेरा उधर थाने में लोग ऐसे पंच चुन देते हैं गुंडे को है बोलता है तुम लोग गुंडे हो ये खुद प्रॉपर्टी डीलर है साधक लोगों की जमीन का झगड़ा डालता है फिर मुफ्त में जमीन लूटता है वो उसे पैसे मांगता है राह जानता और हमारे ही गांव में रहता है हमारी वार्ड में पंचायत में रहता है ये और हमें डरा रहा है लोगों को लेडी मांझे उधर खड़े नहीं हो सकते इतने लोग थे ये लड़का मेरे साथ था उधर इसको पूछो 3 बार मैंने उसको बोला भाई पीछे हट उसने मेरे को ऐसे ऐसी क्यों भाई पीछे हट मेरे से दूर रहे मेरे से मुँह से बात कर क्या बात है अगर इनके इस लड़के ने कुछ गुनाह किया है इसकी रिपोर्ट है कोई तो इनके घर में जाओ उनके घर में माँ बाप को बताओ किसी को उसका बाप फौजी है त्रिपुरा में बैठा है फिर मैं जो सुसाइड करते हैं फौजी इसलिए उसके घर की समस्या संभाले जाए वाटर की समस्या संभाले